ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 1 ਜੁਲਾਈ ਤੋਂ ਮਹਿੰਗੀ ਹੋਣ ਜਾ ਰਹੀ ਆ ਇਹ ਚੀਜ਼ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ ਪੂਰੀ ਵੀਡੀਓ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਵੀ ਸਟੇਟ ਬੈਂਕ ਆਫ ਇੰਡੀਆ ਦੀਆਂ ਸੇਵਾਵਾਂ ਲੈਂਦੇ ਹੋ ਤਾਂ ਅਲਰਟ ਹੋ ਜਾਓ ਕਿਉਂਕਿ 1 ਜੁਲਾਈ ਤੋਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੇ ਨਿਯਮਾਂ ਦੇ ਵਿੱਚ ਬਦਲਾਅ ਹੋਣ ਵਾਲਾ ਸਟੇਟ ਬੈਂਕ ਇੰਡੀਆ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਏਟੀਐਮ ਤੋਂ ਕੈਸ਼ ਵਿਡਰਾਵਲ ਅਤੇ ਚੈੱਕ ਬੁੱਕ ਦਾ ਇਸਤੇਮਾਲ ਕਰਨਾ ਮਹਿੰਗਾ ਸਾਬਤ ਹੋ ਸਕਦਾ ਹੈ ਬੈਂਕ ਨੇ ਸਰਵਿਸ ਚਾਰਜ ਦੇ ਵਿੱਚ ਕੀਤਾ ਬਦਲਾਅ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਏਟੀਐਮ ਅਤੇ ਬੈਂਕ ਬ੍ਰਾਂਚ ਤੋਂ ਪੈਸੇ ਕਢਵਾਉਣ ਦੇ ਸਰਵਿਸ ਚਾਰਜਸ ਨੂੰ ਫੇਰ ਬਦਲ ਕਰ ਦਿੱਤਾ ਹੈ SBI ਦੀ ਅਧਿਕਾਰਤ ਵੈੱਬਸਾਈਟ ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਨਵੇਂ ਚਾਰਜ ਟ੍ਰਾਂਸਫਰ ਅਤੇ ਹੋਰ ਨਾਨ ਫਾਈਨੈਂਸ਼ੀਅਲ ਲਾਂਨ ਦੇਣ ਦੇ ਲਈ ਲਾਗੂ ਹੋਣਗੇ ਬੈਂਕ ਮੁਤਾਬਕ ਸਰਵਿਸ ਚਾਰਜਸ 1 ਜੁਲਾਈ 2021 ਤੋਂ SBI ਬੇਸਿਕ ਸੇਵਿੰਗ ਬੈਂਕ ਡਿਪੋਜ਼ਿਟ ਖਾਤਾਧਾਰਕਾਂ ਤੇ ਲਾਗੂ ਹੋਣਗੇ SBI BSBD ਖਾਤਾ ਹੋਲਡਰਾਂ ਨੂੰ ਇੱਕ ਫਾਈਨੈਂਸ਼ੀਅਲ ਇਅਰ ਦੇ ਵਿੱਚ 10 ਚੈੱਕਾਂ ਦੀਆਂ ਕਾਪੀਆਂ ਦਿੱਤੀਆਂ ਜਾਂਦੀਆਂ ਨੇ ਹੁਣ 10 ਚੈੱਕਾਂ ਵਾਲੀ ਚੈੱਕਬੁੱਕ ਗਾਹਕ ਨੂੰ ਫੀਸ ਦੇਣੀ ਹੋਵੇਗੀ BSBD ਬੈਂਕ ਦੇ ਖਾਤਾਧਾਰਕਾਂ ਨੂੰ 10 ਚੈੱਕ ਲੀਵ ਦੇ ਲਈ 40 ਰੁਪਏ ਤੇ ਨਾਲ GST ਦੇਣਾ ਹੋਵੇਗਾ 25 ਚੈੱਕ ਲੀਵ ਦੇ ਲਈ 75 ਰੁਪਏ GST ਦੇਣਾ ਹੋਵੇਗਾ ਐਮਰਜੈਂਸੀ ਚੈੱਕ ਬੁੱਕ ਦੀ 10 ਲੀਵ ਲਈ 50 ਰੁਪਏ ਪਲੱਸ GST ਦਾ ਭੁਗਤਾਨ ਕਰਨਾ ਹੋਵੇਗਾ ਹਾਲਾਂਕਿ ਬੈਂਕ ਨੇ ਸੀਨੀਅਰ ਨਾਗਰਿਕਾਂ ਲਈ ਚੈੱਕ ਬੁੱਕ ਤੇ ਨਵੇਂ ਸਰਵਿਸ ਚਾਰਜਾਂ ਤੇ ਛੋਟ ਦਿੰਦੀ ਆ ਪਰ ਜੂਨੀਅਰ ਨਾਗਰਿਕਾਂ ਨੂੰ ਇੱਕ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਧੰਨਵਾਦ